ਨਕੋਦਰ ਦੇ ਨਜ਼ਦੀਕੀ ਪਿੰਡ ਢੇਰੀਆਂ ਵਿਖੇ ਇੱਕ ਪਤੀ ਵੱਲੋਂ ਆਪਣੀ ਪਤਨੀ ਨੂੰ ਗਲਾ ਘੁੱਟ ਕੇ ਮਾਰਨ ਦਾ ਮਾਮਲਾ ਸਾਹਮਣੇ ਆਇਆ ਸੀ। ਕਾਰਵਾਈ ਕਰਦੇ ਹੋਏ ਪੁਲਿਸ ਨੇ ਦੋਸ਼ੀ ਪਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀ ਨੇ ਆਪਣਾ ਜੁਰਮ ਕਬੂਲ ਕਰਦੇ ਹੋਏ ਦੱਸਿਆ ਕਿ ਮੇਰੀ ਪਤਨੀ ਦਾ ਚਾਲ ਚੱਲਣ ਠੀਕ ਨਹੀਂ ਸੀ, ਜਿਸ ਦੇ ਕਾਰਨ ਮੈਂ ਉਸਨੂੰ ਮਾਰ ਦਿੱਤਾ। ਲੜਕੀ ਦੇ ਮਾਪਿਆਂ ਵੱਲੋਂ ਦੋਸ਼ੀ 'ਤੇ ਨਸ਼ਾ ਕਰਨ ਦੇ ਆਰੋਪ ਲਗਾਏ ਗਏ ਸਨ, ਪਰ ਦੋਸ਼ੀ ਦਾ ਕਹਿਣਾ ਹੈ ਕਿ ਮੈਂ ਕਾਫੀ ਸਮਾਂ ਪਹਿਲਾਂ ਨਸ਼ਾ ਛੱਡ ਚੁੱਕਾ ਹਾਂ। ਥਾਣਾ ਸਿਟੀ ਨਕੋਦਰ ਦੇ ASI ਰੇਸ਼ਮ ਸਿੰਘ ਨੇ ਦੱਸਿਆ ਕਿ ਮ੍ਰਿਤਕ ਰਾਜਵਿੰਦਰ ਕੌਰ ਦੇ ਪਤੀ ਕੁਲਵੀਰ ਸਿੰਘ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ। ਹਾਂਜੀ ਭਾਅ ਜੀ, ਤੁਹਾਡਾ ਨਾਮ ਕੀ ਹੈ? ਕੁਲਵੀਰ ਸਿੰਘ ਜੀ, ਇੱਕ ਤੁਹਾਡੇ 'ਤੇ ਆਰੋਪ ਲੱਗ ਰਿਹਾ, ਤੁਹਾਡੀ ਘਰਵਾਲੀ ਨੇ ਘਰ ਦੇ ਪਰਿਵਾਰ ਨੇ ਲਾਏ ਸੀ ਘਰਵਾਲੀ 'ਤੇ ਨੇ, ਕਿ ਤੁਸੀਂ ਉਹਨੂੰ ਜਾਨੋ ਮਾਰਿਆ, ਕੀ ਕਹਿਣਾ ਸੀਗਾ? ਜਾਨੋ ਮਾਰਨ ਦਾ ਇਹੀ ਮੇਰਾ ਸੀਗਾ ਵੀ ਉਹ ਇੱਧਰ ਉੱਧਰ ਗਲਤ ਕੰਮ ਕਰਨ ਲੱਗ ਪਈ ਸੀ ਸਰ। ਨਹੀਂ, ਉਹਦਾ ਉਹਨਾਂ ਦਾ ਆਰੋਪ ਸੀਗਾ ਕਿ ਤੁਸੀਂ ਨਸ਼ਾ ਵਗੈਰਾ ਬਹੁਤ ਕਰਦੇ ਸੀਗੇ। ਨਹੀਂ, ਨਸ਼ਾ ਤਾਂ ਨਹੀਂ ਕਰਦਾ ਮੈਂ, ਚੱਕਰ ਇੱਦਾਂ ਸੀਗਾ ਵੀ ਨਸ਼ਾ ਛੱਡੇ ਨੂੰ ਮੈਨੂੰ ਘੱਟੋ ਘੱਟ ਨਹੀਂ ਤਾਂ ਜਦੋਂ ਦਾ ਮੈਰਿਜ ਹੋਈ ਉਦੋਂ ਉਸ ਟਾਈਮ 'ਤੇ ਮੈਂ ਨਸ਼ਾ ਛੱਡਿਆ। ਇਹ ਤਾਂ ਉਹਨਾਂ ਦੀ ਗਲਤੀ ਆ, ਮਤਲਬ ਜਿੰਨੀ ਵੀ ਆ ਕੀਤੀ। ਅਤੇ ਇਹਦੇ ਵਿੱਚ ਤੁਹਾਡੇ ਘਰ ਵਾਲੇ ਵੀ ਇਨਵੋਲਵ ਸੀਗੇ ਜਾਂ ਨਹੀਂ ਸੀਗੇ? ਅਤੇ ਇਕੱਲੇ ਤੁਸੀਂ ਸੀ, ਤੁਸੀਂ ਘਰ ਵਾਲੀ ਨੂੰ ਮਾਰਿਆ ਆਪਣੀ ਨੂੰ? ਮੈਂ ਇਕੱਲੇ ਨਹੀਂ ਮਾਰਿਆ, ਮੇਰੇ ਘਰ ਵਾਲਿਆਂ ਦਾ ਕੋਈ ਦੋਸ਼ ਨਹੀਂ ਸੀਗਾ। ਕਿਉਂਕਿ ਉਹਨਾਂ ਦੇ ਪਰਿਵਾਰ ਦੇ ਆਰੋਪ ਸੀਗੇ ਕਿ ਸਾਰੇ ਪਰਿਵਾਰ ਨੇ ਰਲ ਕੇ ਮਾਰੀ ਆ ਲੜਕੀ। ਨਹੀਂ ਨਹੀਂ, ਉਹਨਾਂ ਸਾਡੇ ਪਰਿਵਾਰ ਦਾ ਕੋਈ ਦੋਸ਼ ਨਹੀਂ ਗਾ, ਮੈਂ ਇਕੱਲੇ ਨਹੀਂ ਮਾਰਿਆ, ਮੈਂ ਆਪਣਾ ਦੋਸ਼ ਆਪ ਕਬੂਲ ਕਰਦਾ ਵਾਂ, ਐਸੀ ਗੱਲ ਨਹੀਂ। ਕਿਉਂਕਿ ਮੈਂ ਮਾਰਿਆ ਵੀ ਤਾਂ ਕਿ ਉਹ ਗਲਤ ਹੋ ਚੁੱਕੀ ਸੀ ਬਹੁਤ ਜ਼ਿਆਦਾ। ਅਤੇ ਉਹਨੂੰ ਮਾਰਿਆ ਕਿਸ ਤਰ੍ਹਾਂ ਤੁਸੀਂ? ਮੈਂ ਗਲ ਘੁੱਟ ਕੇ ਮਾਰ ਦਿੱਤਾ ਜੀ। ਅੱਛਾ, ਅਤੇ ਉਸ ਟਾਈਮ ਤੁਸੀਂ ਨਸ਼ੇ 'ਚ ਸੀ ਜਾਂ ਸੌਫੀ ਸੀਗੇ? ਨਹੀਂ, ਮੈਂ ਨੋਰਮਲ ਸੀ, ਕੋਈ ਨਸ਼ੇ ਦੇ ਵਿੱਚ ਨਹੀਂ ਸੀਗਾ। ਠੀਕ, ਅਤੇ ਹੁਣ ਤੁਸੀਂ ਇਹ ਆਪਣਾ ਕਬੂਲ ਕਰਦੇ ਹਾਂ, ਤੁਹਾਨੂੰ ਕੋਈ ਇਹਦਾ ਹੈ ਨਹੀਂ ਗਾ, ਅਫਸੋਸ ਨਹੀਂ ਗਾ? ਅਫਸੋਸ ਸੀਗਾ, ਪਰ ਮੈਨੂੰ ਹੁਣ ਨਹੀਂ ਗਾ, ਮਤਲਬ ਕਿ ਘਰ ਵਾਲੀ ਨੂੰ ਮਾਰੇ ਦਾ ਕੋਈ ਅਫਸੋਸ ਨਹੀਂ ਤੁਹਾਨੂੰ? ਅਫਸੋਸ ਹੈ, ਐਸੀ ਗੱਲ ਨਹੀਂ ਗਾ, ਅਫਸੋਸ ਨਹੀਂ ਗਾ। ਕੋਈ ਵੀ ਬੰਦਾ ਆਪਣੀ ਜ਼ਿੰਦਗੀ ਨਹੀਂ ਖਰਾਬ ਕਰਨੀ ਚਾਹੁੰਦਾ ਗਾ। ਅਫਸੋਸ ਮੈਨੂੰ ਇਹ ਗੱਲ ਦਾ ਵੀ ਮੇਰੇ ਬੱਚੇ ਰਲ ਗਏ ਆ ਚੱਕਰ ਜੀ, ਉਹ ਤਾਂ ਜਾਨ ਛੁਡਾ ਗਈ ਹੈ ਨਾ ਮਰ ਕੇ, ਅਤੇ ਮੈਂ ਵੀ ਮਤਲਬ ਕੈਦ ਦੇ ਵਿੱਚ ਇੰਨਾ ਚਿਰ ਰਹੂੰਗਾ, ਇਸੇ ਮੈਨੂੰ ਅਫਸੋਸ ਇਸੇ ਗੱਲ ਦਾ ਆਇਆ। ਅਤੇ ਉਸ ਟਾਈਮ ਨਹੀਂ ਤੁਹਾਨੂੰ ਹੋਇਆ ਕਿ ਹਾਂ ਵੀ ਮੈਂ ਜੇਲ੍ਹ 'ਚ ਜਾਊਂਗਾ ਜਾਂ ਕਿਸ ਤਰ੍ਹਾਂ? ਜਦੋਂ ਮੋਢਿਆਂ ਦੇ ਉੱਤੇ ਕਾਲ ਬੈਠਾ ਹੋਵੇ ਸਰ, ਉਸ ਟਾਈਮ ਕੋਈ ਪਤਾ ਨਹੀਂ ਲੱਗਦਾ ਗਾ। ਜਦੋਂ ਬਾਕੀ ਮਾੜਾ ਟਾਈਮ ਆਉਂਦਾ ਬੰਦੇ ਨੂੰ ਕੋਈ ਸਮਝ ਨਹੀਂ ਲੱਗਦੀ ਵੀ ਕੀ ਹੋਣ ਡਿਆ ਕੀ ਨਹੀਂ ਹੋਣਾ। ਜੇ ਇੰਨੀ ਸੋਚ ਰੱਖਦਾ ਹੁੰਦਾ ਤਾਂ ਸ਼ਾਇਦ ਨਹੀਂ ਹੁੰਦਾ, ਇਹ ਕੰਮ ਹੀ ਨਾ ਹੁੰਦਾ। ਫਿਰ 10 ਸਾਲ ਤੁਹਾਡੀ ਮੈਰਿਜ ਹੋਈ ਨੂੰ ਹੋਏ ਸੀਗੇ, ਉਹਦੇ ਵਿੱਚ ਕੋਈ ਇੱਦਾਂ ਦੀ ਗੱਲਬਾਤ ਨਹੀਂ ਆਈ ਤੁਹਾਡੇ ਸਾਹਮਣੇ ਕਿ ਉਹ ਗਲਤ ਹੈਗੀ ਹੈ ਜਾਂ ਕੁਛ ਆਇਆ ਤੁਹਾਡੇ ਸਾਹਮਣੇ ਆਇਆ ਹੋਵੇ? ਨਹੀਂ, ਮੇਰੇ ਸਾਹਮਣੇ ਕੁਛ ਨਹੀਂ ਆਇਆ। 10 ਸਾਲ ਦੇ ਵਿੱਚ ਮੈਰਿਜ ਦੀ ਉਹਨੇ 1 ਸਾਲ ਦੇ ਵਿੱਚ ਆਪਣਾ ਰੰਗ ਦਿਖਾ ਦਿੱਤਾ ਫਿਰ ਵੀ। ਅਤੇ ਹੁਣ ਉਹਨੂੰ ਤੁਸੀਂ ਗਲਤ ਜਿਹੜਾ ਹੈਗਾ ਸਥਿਤੀ ਦੇ ਵਿੱਚ ਕਿਤੇ ਫੜਿਆ ਸੀ ਜਾਂ ਕਿਸ ਤਰ੍ਹਾਂ? ਹਾਂਜੀ ਹਾਂਜੀ, ਉਹਦੀਆਂ ਮੈਂ ਹਰਕਤਾਂ ਬਹੁਤ ਜ਼ਿਆਦਾ ਦੇਖਣ ਡਿਆ ਸੀ ਗਲਤ, ਮੈਨੂੰ ਕੁੱਤੇ ਆ ਬਿੱਲਿਆ ਕਾਲੇ ਮੂੰਹ ਵਾਲਿਆ ਫਿੱਟੇ ਮੂੰਹ, ਕਦੇ ਮੈਂ ਮੂੰਹ ਨਹੀਂ ਦੇਖਣਾ ਚਾਹੁੰਦੀ ਜੇ ਉਹ ਇੱਦਾਂ ਦੀਆਂ ਗੱਲਾਂ ਬਾਤਾਂ ਕਰਕੇ ਮੇਰੇ ਦਿਲ ਨੂੰ ਅੱਗ 24 ਘੰਟੇ ਲਾ ਕੇ ਰੱਖਣੀ ਵੀ ਮੈਨੂੰ ਮਜਬੂਰ ਕਰ ਦਿੱਤਾ ਵੀ ਮੇਰਾ ਕਤਲ ਕਰ ਦੂੰਗਾ। ਪਿੰਡ ਢੇਰੀਆਂ ਦੇ ਵਿੱਚ ਜਿਹੜਾ ਕੁਲਵੀਰ ਸਿੰਘ ਵੱਲੋਂ ਆਪਣੀ ਘਰਦੀ ਨੂੰ ਰਾਜਵਿੰਦਰ ਕੌਰ ਗਲਾ ਘੁੱਟ ਕੇ ਰਾਤ ਦੇ ਸਮੇਂ ਮਾਰ ਦਿੱਤਾ ਹੈ, ਜਿਹੜਾ ਕੁਲਵੀਰ ਸਿੰਘ ਦੋਸ਼ੀ ਆ ਉਹਨੂੰ ਉਹਦੇ ਖਿਲਾਫ਼ ਜਿਹੜਾ ਮੁਕੱਦਮਾ ਥਾਣਾ ਸਿਟੀ ਨਕੋਦਰ ਵਿੱਚ 302 ਦਾ ਦਰਜ ਰਜਿਸਟਰ ਕੀਤਾ ਗਿਆ ਸੀ, ਜਿਹਨੂੰ ਥਾਣਾ ਸਿਟੀ ਨਕੋਦਰ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ, ਜਿਹਨੂੰ ਅੱਜ ਪੇਸ਼ ਅਦਾਲਤ ਕਰਕੇ ਜੇਲ੍ਹ ਬੰਦ ਕਰਾਇਆ ਜਾ ਰਿਹਾ। ਅਤੇ ਸਰ, ਲੜਕੀ ਦੇ ਪਰਿਵਾਰ ਨੇ ਆਰੋਪ ਲਾਏ ਸੀ ਕਿ ਇਹ ਲੜਕਾ ਜਿਹੜਾ ਹੈਗਾ ਨਸ਼ੇ ਦਾ ਆਦੀ ਹੈ, ਇਹਦੇ ਬਾਰੇ ਕੁਛ ਪਤਾ ਲੱਗਾ? ਆਰੋਪ ਲਾਏ ਸੀ ਉਹਨਾਂ ਨੇ ਪਿਆਦੀ ਸੀਗਾ, ਮਾਰਦਾ ਕੁੱਟਦਾ ਸੀਗਾ, ਅਤੇ ਜਿਹੜੀ ਉਹਨਾਂ ਦੀ ਲੜਕੀ ਆ ਉਹਨੂੰ ਮਾਰ ਕੁੱਟ ਕਰਕੇ ਘਰੋਂ ਵੀ ਕੱਢ ਦਿੰਦਾ ਸੀਗਾ, ਉਹਨਾਂ ਕੋਲ ਚਲ ਜਾਂਦੀ, ਫਿਰ ਇਹ ਜਾ ਕੇ ਤਰਲਾ ਮਿੰਤ ਕਰਕੇ ਵਾਪਸ ਲੈ ਆਉਂਦਾ ਰਿਹਾ। ਹੁਣ ਵੀ 15 ਕੁ ਦਿਨ ਹੋਏ ਸੀਗੇ ਇਹਨੇ ਲੜਾਈ ਕਰਕੇ ਰਾਜਵਿੰਦਰ ਕੌਰ ਨੂੰ ਉਹਦੇ ਪੇਕੇ ਪਿੰਡ ਰਹੀਮਪੁਰ ਭੇਜ ਦਿੱਤਾ ਸੀਗਾ, ਫਿਰ ਜਾ ਕੇ ਇਹ ਤਰਲੇ ਮਿੰਤ ਕਰਕੇ ਲੈ ਆਇਆ ਸੀ। ਅਤੇ ਹੁਣ ਕੁਲਵੀਰ ਸਿੰਘ ਨੇ ਆਪਣੀ ਘਰ ਦੀ ਦਾ ਗਲਾ ਘੁੱਟ ਕੇ ਉਹਦਾ ਕਤਲ ਕਰ ਦਿੱਤਾ। ਸਰ, ਇਹਦਾ ਕਾਰਨ ਕੀ ਬਣਿਆ ਮਾਰਨ ਦਾ?
ਮਾਰਨ ਦਾ ਕਾਰਨ ਇਹ ਹੀ ਆ, ਇਹ ਕੁਲਵੀਰ ਸਿੰਘ ਜਿਹੜਾ ਕਹਿੰਦਾ ਮੇਰੀ ਘਰ ਦੀ ਜਿਹੜੀ ਮੇਰੇ ਕਹਿਣ ਤੋਂ ਬਾਹਰ ਸੀਗੀ, ਪਰ ਘਰ ਵਾਲਿਆਂ ਦੇ ਕਹਿਣਾ ਹੈ ਵੀ ਇਹ ਨਸ਼ੇ ਕਰਦਾ ਸੀਗਾ, ਨਸ਼ੇ ਕਾਰਨ ਇਹ ਜਿਹੜਾ ਉਹਨੂੰ ਤੰਗ ਪਰੇਸ਼ਾਨ ਕਰਦਾ।